ਸੜਕ ਤੇ ਸਕ੍ਰੈਪ ਨਾਲ ਭਰਿਆ ਟਰੱਕ ਪਲਟਿਆ ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਕਿ ਟਾਇਰ ਫਟਣ ਦੇ ਕਾਰਨ ਸਕ੍ਰੈਪ ਨਾਲ ਲੱਦਿਆ ਹੋਇਆ ਟਰੱਕ ਹਾਈਵੇ ਤੇ ਪਲਟ ਗਿਆ, ਜਿਸ ਤੋਂ ਬਾਅਦ ਡਰਾਈਵਰ ਨੇ ਬਾਰੀ ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਰ ਇੰਨੇ ਚਿਰ ਨੂੰ ਹੀ ਉਸਦਾ ਪੈਰ ਸਲਿਪ ਹੋਇਆ ਅਤੇ ਉਹ 40 ਫੁੱਟ ਉੱਚੇ ਫਲਾਈਓਵਰ ਤੋਂ ਸਿੱਧਾ ਹੇਠਾਂ ਜਾ ਡਿੱਗਿਆ, ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਤਾਂ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਕ੍ਰੈਪ ਦੇ ਨਾਲ ਭਰਿਆ ਹੋਇਆ ਟਰੱਕ ਜੋ ਕਿ ਲੁਧਿਆਣਾ ਤੋਂ ਸਰਹੰਦ ਨੂੰ ਜਾ ਰਿਹਾ ਸੀ ਅਤੇ ਰਾਹ ਦੇ ਵਿਚਾਲੇ ਹੀ ਟਰੱਕ ਦਾ ਜੋ ਟਾਇਰ ਹੈ ਉਹ ਫਟ ਜਾਂਦਾ, ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਸੜਕ 'ਤੇ ਹੀ ਪਲਟ ਜਾਂਦਾ ਅਤੇ ਆਪਣੀ ਜਾਨ ਬਚਾਉਣ ਦੇ ਲਈ ਚਾਲਕ ਦੇ ਵੱਲੋਂ ਬਾਰੀ ਦੇ ਵਿੱਚੋਂ ਛਾਲ ਮਾਰੀ ਜਾਂਦੀ ਹੈ। ਇਸ ਤੋਂ ਬਾਅਦ ਫਲਾਈਓਵਰ ਦੀ ਸਲੈਬ 'ਤੇ ਲੇਟ ਜਾਂਦਾ ਅਤੇ ਪੈਰ ਫਿਸਲਣ ਦੇ ਨਾਲ ਸਿੱਧਾ 40 ਫੁੱਟ ਉੱਚੇ ਫਲਾਈਓਵਰ ਤੋਂ ਹੇਠਾਂ ਜਾ ਡਿੱਗਦਾ, ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਅੰਮ੍ਰਿਤਕ ਦੀ ਪਤਨੀ ਦੀ 2 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਹੁਣ ਉਸਦਾ ਜੋ 6 ਸਾਲ ਦਾ ਬੇਟਾ ਉਹ ਅਨਾਥ ਹੋ ਗਿਆ। ਮਾਂ ਬਾਪ ਦਾ ਕਹਿ ਸਕਦੇ ਹਾਂ ਕਿਸੇ ਤੋਂ ਸਾਇਆ ਉੱਠ ਗਿਆ, ਤਾਂ ਮੰਦਭਾਗੀ ਖਬਰ ਹੈ। ਤਾਂ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸੜਕ 'ਤੇ ਬੇਕਾਬੂ ਸਕ੍ਰੈਪ ਨਾਲ ਭਰਿਆ ਹੋਇਆ ਟਰੱਕ ਪਲਟਿਆ ਔਰ ਜਾਨ ਬਚਾਉਣ ਦੇ ਲਈ ਡਰਾਈਵਰ ਦੇ ਵੱਲੋਂ ਟਰੱਕ 'ਚੋਂ ਛਾਲ ਮਾਰੀ ਗਈ ਤਾਂ ਜੋ ਜਾਨ ਬਚਾਈ ਜਾ ਸਕੇ, ਪਰ ਉਹ ਫਲਾਈਓਵਰ ਦੀ ਸਲੈਬ 'ਤੇ ਹੀ ਲੇਟ ਗਿਆ ਸੀ, ਜਿਸ ਤੋਂ ਬਾਅਦ ਉਸਦਾ ਪੈਰ ਫਿਸਲਿਆ ਅਤੇ ਉਹ ਸਿੱਧਾ ਹੇਠਾਂ ਜਾ ਡਿੱਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਗਾੜੀ ਨਿਕਾਲ ਲਾ ਦਾ ਕਦੋਂ 4 ਵਜੇ ਰਾਤ ਕੋ ਸਵੇਰੇ ਡਿਸਬੈਲੈਂਸ ਹੋ ਗਿਆ ਪੁਲਕੇ ਉੱਪਰ ਆ ਕੇ ਗਾੜੀ ਪਲਟੀ ਗਈ, ਡਰਾਈਵਰ ਥੱਲੇ ਗਿਰ ਗਿਆ ਪੁਲਕੇ ਨੀਚੇ ਜੋ ਵਿੱਚ ਥੋੜ੍ਹੀ ਸੀ ਗੈਪ ਨਹੀਂ ਹੁੰਦੀ ਹੈ, ਜਾਂ ਤੋ ਗੱਡੀ 'ਤੇ ਛਲਾਂਗ ਮਾਰਾ ਹੋਗਾ, ਬਾਏ ਤਰਫ ਗੱਡੀ ਪੜੀ ਹੈ, ਦਿਨੇ ਤਰਫ ਕੇ ਪੁਲਕੇ ਨੀਚੇ ਆ ਗਿਆ ਬੰਦਾ, ਕਹਾ ਜੋ ਵਿੱਚ ਗੈਪ ਹੈ, ਇਹ ਤੋਂ ਛਲਾਂਗ ਮਾਰ ਕੇ ਆਇਆ ਜਾਂ ਕੁਛ ਡਿੱਗ ਗਿਆ ਹੋਗਾ, ਮੌਕੇ ਪੇ ਥਾ ਨਹੀਂ ਕੋਈ। ਉਹ ਤੁਹਾਡਾ ਕੀ ਲੱਗਦਾ? ਮੇਰਾ ਭਾਈ ਲੱਗਦਾ ਹੈ। ਨਾਮ ਕੀ ਹੈ? ਕਿਸਕਾ? ਪੱਪੂ ਨਾਮ ਹੈ। ਕਿੱਥੋਂ ਦੇ ਰਹਿਣ ਵਾਲੇ ਸੀ? ਗੋਂਡਾ ਜ਼ਿਲ੍ਹਾ। ਕੌਣ ਸਾ ਜ਼ਿਲ੍ਹਾ? ਗੋਂਡਾ ਜ਼ਿਲ੍ਹਾ। ਕਿੱਥੇ? ਯੂਪੀ 'ਚ? ਯੂਪੀ 'ਚ, ਹਾਂ। ਅੱਛਾ, ਉਮਰ ਕਿੰਨੀ ਕੁ ਸੀ? 24 ਸਾਲ। ਵਿਆਹ ਹੋਇਆ ਸੀਗਾ? ਹਾਂ, ਵਿਆਹ ਇੱਕ ਬੱਚਾ ਹੈ। ਕਿੱਥੇ ਰਹਿੰਦਾ? ਕਿੱਥੇ? ਯਹਾਂ ਲੁਧਿਆਣੇ ਮੇਂ। ਲੁਧਿਆਣੇ ਮੇਂ ਜਨਤਾ ਨਗਰ। ਹਾਂ, ਮੌਕੇ ਪੇ ਹੋ ਗਈ ਸੀ। ਗੱਡੀ ਖਰਾਬ ਹੋ ਗਈ? ਨਹੀਂ, ਵੈਸੇ ਡਿਸਬੈਲੈਂਸ ਹੋ ਗਈ ਗੱਡੀ। ਉਹ ਬੁਲਾ ਰਹੇ ਸੀ। ਮਲੇਰਕੋਟਲਾ ਚੌਂਕ ਜੀ ਰੋਡ ਉੱਪਰ ਗੱਡੀ ਪਲਟ ਗਈ ਆ ਟਾਇਰ ਫਟਣ ਕਰਕੇ। ਜਿਹੜਾ ਉਹਦਾ ਚਾਲਕ ਸੀਗਾ ਉਹ ਉੱਪਰੋਂ ਨਾ ਫੁੱਟਪਾਥ ਦੇ ਉਹਦੇ ਪੈਰ ਫਿਸਲਣ ਕਰਕੇ ਥੱਲੇ ਨੀਚੇ ਗਿਰ ਗਿਆ, ਜਿਹਦੇ ਸਿਰ 'ਤੇ ਸੱਟ ਵੱਜੀ, ਉਹਦੀ ਮੌਕੇ 'ਤੇ ਮੌਤ ਹੋ ਗਈ ਸੀ। ਜਿੱਥੇ ਅਸੀਂ ਸਾਬਾ ਆਰਾਮ ਦੇ ਬਿਆਨ 'ਤੇ ਇਹਦੀ 174 ਕਾਰਵਾਈ ਅਮਲ 'ਚ ਲੈਂਦੀ ਜਾ ਰਹੀ ਆ। ਮ੍ਰਿਤਕ ਦਾ ਨਾਮ ਸੀਗਾ ਜੀ ਦੀਪੂ ਵਰਮਾ। ਇਹ ਇੱਧਰ ਪਿੰਡ ਪੈਂਦਾ ਗੋਂਡੇ ਜ਼ਿਲ੍ਹੇ 'ਚ, ਯੂਪੀ ਦਾ ਰਹਿਣ ਵਾਲਾ ਸੀਗਾ, ਪਰ ਲੁਧਿਆਣੇ ਇਹ ਸਕਰੈਚ ਦੀ ਗੱਡੀ ਗੁੱਡੀ ਚਲਾਉਂਦਾ, ਡਰਾਈਵਰੀ ਕਰਦਾ ਸੀਗਾ।